ਮੇਰਾ ਨਿਸ਼ਟਾ ਮੈਡਮ ਕੀ ਹੋਇਆ ਕੀ ਹੈ ਸੱਸ ਨੇ ਮੈਨੂੰ ਬਹੁਤ ਮਾਰਿਆ ਵੇ ਮੇਰੇ ਘਰ ਵਾਲੇ ਨੇ ਵੀ ਮੈਨੂੰ ਕੁੱਟਿਆ ਬਣਾਇਆ ਕਿੱਥੇ ਤੋਂ ਰਹਿਣ ਵਾਲੇ ਹੋ ਜੀ ਨਜਾਤਮ ਨਗਰ 7 ਨੰਬਰ ਗਲੀ ਕੀ ਨਾਮ ਕੀ ਤੁਹਾਡਾ ਜੀ ਨਿਸ਼ਟਾ ਕੀ ਗੱਲ ਕੀ ਹੋਈ ਸੀ ਦੱਸੋ ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਮਾਰਿਆ ਕੁੱਟਿਆ ਵਾ ਸੋਸ਼ਲ ਵਰਕਰ ਵਾਲੀ ਲੇਡੀ ਆਈ ਹੈ ਇਹ ਆਪਣੇ ਕਾਗਜ਼ ਲੈਣ ਆਈ ਹੈ ਮੇਰੇ ਗਹਿਣੇ ਵੀ ਚੁੱਕ ਕੇ ਲੈ ਗਏ ਆ ਮੇਰੇ ਪੈਸੇ ਵੀ ਚੁੱਕ ਕੇ ਲੈ ਗਏ ਕੁੜੀ ਹੋਈ ਇਹਨਾਂ ਨੇ ਘਰ ਉਹ ਕੱਢ ਦਿੱਤਾ ਮੈਨੂੰ ਲੜਕੀ ਜੰਮੀ ਇਹਨੇ ਲੜਕਾ ਕਿਉਂ ਨਹੀਂ ਜੰਮਿਆ ਸੋ ਲੜਕੀ ਜੰਮਣ ਨੂੰ ਲੈ ਕੇ ਤੁਹਾਡੇ ਨਾਲ ਵਿਵਾਦ ਹੋਇਆ ਸਾਡਾ ਲੋ ਦੋਸਤੋ ਲਾਈਵ ਹੋਇਆ ਪਹਿਲਾਂ ਵੀ ਇਹਨਾਂ ਨੇ ਬਹੁਤ ਅਤਿਆਚਾਰ ਕੀਤੇ ਆ ਪਹਿਲਾਂ ਕਹਿੰਦੇ ਸੀ ਬੱਚਾ ਨਹੀਂ ਹੁੰਦਾ ਬੱਚਾ ਨਹੀਂ ਹੁੰਦਾ ਜਦੋਂ ਬੱਚਾ ਆਇਆ ਤੇ ਮੈਂ ਤਾਂ ਉਹਨਾਂ ਭਗਵਾਨ ਦੇ ਨਾਲ ਲੜੀ ਹੋਈ ਆ ਕਿ ਮੁੰਡਾ ਦੇਵੇਗਾ ਕਿ ਕੁੜੀ ਦੇਵੇਗਾ ਇਹਨਾਂ ਨੇ ਕਿਹਾ ਕਿ ਲੜਕੀ ਆਈ ਆ ਤੇ ਘਰੋਂ ਨਿਕਲ ਜਾ ਨਹੀਂ ਮੈਡਮ ਸਾਰਾ ਜਿਹੜਾ ਲੜਾਈ ਦਾ ਕਾਰਨ ਹੈ ਲੜਕੀ ਹੋਣ ਕਰਕੇ ਜਿਹੜਾ ਹੋ ਰਿਹਾ ਲੜਕੀ ਹੋਣ ਕਰਕੇ ਆਈ ਕਿ ਮੇਰੀ ਸੱਸ ਕਹਿੰਦੀ ਸੀ ਕਿ ਦਹੇਜ ਲੈ ਕੇ ਆ ਪਹਿਲਾਂ ਮੈਨੂੰ ਦਹੇਜ ਬਾਰੇ ਤੰਗ ਕਰਦੇ ਸੀ ਦਹੇਜ ਲੈ ਕੇ ਆਪਣੇ ਪੇਕਿਆਂ ਤੋਂ ਅੱਛਾ ਜੀ ਉਹ ਕਿੱਥੋਂ ਦੇਣ ਵਿਚਾਰੇ ਸੈਕੀ ਨੇ ਮੈਰਿਜ ਆ ਸਾਡੀ ਸੈਗੀ ਨੇ ਮੈਰਿਜ ਹੈਗੀ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਕਿਹਾ ਬਾਰ ਬਾਰ ਮੈਨੂੰ ਤੰਗ ਕਰਦੇ ਸੀ ਤੇ ਮੈਂ ਬਾਰ ਬਾਰ ਉਹਨਾਂ ਨੂੰ ਕਹਿੰਦੀ ਸੀ ਕਿ ਕਦੀ ਕੁਛ ਮੰਗਦੇ ਕਦੀ ਕੁਛ ਮੰਗਦੇ ਆ ਬੇਟੀ ਹੋਈ ਆ 40,000 ਰੁਪਇਆ ਉਹਨਾਂ ਨੇ ਲਾਇਆ ਵਾ ਕਿਹਨਾਂ ਨੇ ਲਾਇਆ ਮੇਰੇ ਪੇਕਿਆਂ ਨੇ ਅੱਛਾ ਜੀ ਬਵੇਜਾ ਦੀ ਉਹਨਾਂ ਨੇ ਲਾਇਆ ਇਹਨਾਂ ਨੇ ਇੱਕ ਪੈਸਾ ਨਹੀਂ ਲਿਆ ਅੱਛਾ ਕੀ ਨਾਮ ਹੈ ਜੀ ਕਿਹਨਾਂ ਵੱਲੋਂ ਮਾਰਕੀਟਿੰਗ ਕੀਤੀ ਕੀ ਤੁਹਾਡੇ ਨਾਲ ਜੀ ਸੋਸ਼ਲ ਵਰਕਰ ਦੀ ਲੇਡੀ ਆ ਉਹਨੇ ਮੈਨੂੰ ਮਾਰਿਆ ਵਾ ਮੇਰੀ ਸੱਸ ਨੇ ਮੈਨੂੰ ਮਾਰਿਆ ਵਾ ਕਿ ਮਾਰਕਾ ਕੀ ਨਾਮ ਹੈ ਸਾਹਿਬਾ ਕੀ ਨਾਮ ਹੈ ਸੁਨੀਤਾ ਕੋਸ਼ਨ ਤੇ ਹਸਬੰਡ ਦਾ ਨਾਮ ਹੈ ਸੁਨੀਤਾ ਕੋਸ਼ਨ ਹਸਬੰਡ ਕਿੱਥੇ ਰਹਿੰਦੇ ਤੁਹਾਡੇ ਨਜਾਤਮ ਨਗਰ ਨਹੀਂ ਤੇ ਉਹ ਤੁਹਾਡੇ ਨਾਲ ਰਹਿੰਦੇ ਨਾ 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 ਉਹ ਨਜਾਤਮ ਨਗਰ ਆਪਣੀ ਮਦਰ ਦੇ ਨਾਲ ਰਹਿੰਦੇ ਮੈਡਮ ਜਿਹੜੇ ਤੁਸੀਂ ਕਹਿ ਰਹੇ ਹੋ ਸੋਸ਼ਲ ਵਰਕਰ ਆ ਉਹਨਾਂ ਦਾ ਨਾਮ ਕੀ ਹੈ ਉਹਨਾਂ ਦਾ ਨਾਮ ਉਹਨਾਂ ਨੇ ਮੈਨੂੰ ਨਹੀਂ ਦੱਸਿਆ ਹੈਗਾ ਕਿ ਤੁਸੀਂ ਮੀਡੀਆ ਵਿੱਚ ਮੇਰਾ ਨਾਮ ਲਓਗੇ ਮੈਨੂੰ ਕਹਿੰਦੇ ਆ HSO ਦੀ ਮੈਂ ਭੈਣ ਹੈਗੀ ਆ ਤੈਨੂੰ ਮੈਂ ਵੱਢ ਦੇਣਾ ਵਾ ਕਿੰਨਾ ਦੀ ਭੈਣ ਆ HSO ਦੀ HSO ਦੀ ਧਮਕੀ ਦਿੱਤੀ ਜਾ ਰਹੀ ਤੁਹਾਨੂੰ ਧਮਕੀ ਆਹੀ ਦਿੱਤੀ ਜਾ ਰਹੀ ਅਗਰ ਜੇ ਤੂੰ ਨਾ ਸਿੱਧੇ ਮੂੰਹ ਮਰੀ ਤੇ ਤੈਨੂੰ ਅਸੀਂ ਮਰਵਾ ਦਾਂਗੇ ਰਸਤੇ ਵਿੱਚ ਕੌਣ ਹੈ ਔਰਤ ਕੌਣ ਹੈਗੀ ਉਹ ਮੈਨੂੰ ਨਹੀਂ ਪਤਾ ਸਰ ਕੌਣ ਹੈਗੀ ਆ ਸੋਸ਼ਲ ਵਰਕਰ ਦੀ ਕਹਿੰਦੀ ਹੈ 5 ਨੰਬਰ ਥਾਣੇ ਚ ਆਂਦੀ ਉਹ ਮੈਨੂੰ ਉਹਨੇ ਆਪਣਾ ਨਾਂ ਨਹੀਂ ਦੱਸਿਆ ਕੁਝ ਨਹੀਂ ਦੱਸਿਆ ਨਹੀਂ ਹੁਣ ਤੇ ਕਿੱਥੇ ਰਹਿਣ ਵਾਲੇ ਹੋ ਚਲਾਉਂਦੇ ਆ ਜੀ ਮੈਨੂੰ ਦੱਸੋ ਤੁਸੀਂ ਕਿ ਦੇਖੋ ਅੱਜ ਇੰਨੀ ਹਿੰਮਤ ਹੋ ਗਈ ਕਹਿੰਦੀ ਮੈਂ HSO ਦੀ ਭੈਣ ਹੈ ਮੈਂ ਜੋ ਚਾਵੇ ਕਰ ਸਕਦੀ ਤੈਨੂੰ ਮੈਂ ਰਸਤੇ 'ਚ ਮਰਵਾ ਵੀ ਸਕਦੀ ਹਾਂ ਮੈਡਮ ਉਹ ਕਿੱਥੇ ਦੇ ਰਹਿਣ ਵਾਲੇ ਨੇ ਜਿਹੜੇ ਸੋਸ਼ਲ ਵਰਕਰ ਨੇ ਮੈਨੂੰ ਕੁਝ ਨਹੀਂ ਉਹਨਾਂ ਨੇ ਦੱਸਿਆ ਜੀ ਜਦੋਂ ਤੁਹਾਡੇ ਗਵਾਨ ਕਦੀ ਪਛਾਣ ਲਗਾ ਨਾ ਹਾਂਜੀ ਹਾਂਜੀ ਪਛਾਣ ਲਵਾਂਗੀ ਤੇ ਕੀ ਤੁਸੀਂ ਮੁਲਾਜ਼ਮਾਂ ਨੂੰ ਕਿਹਾ ਸੀ ਸੈਕਿੰਡ ਮੈਰਿਜ ਹੋਈ ਹੈ ਤੁਹਾਡੇ ਹਸਬੰਡ ਵੀ ਸੈਕਿੰਡ ਮੈਰਿਜ ਸੈਕਿੰਡ ਮੈਰਿਜ ਹੈ ਸਾਡੇ ਦੋਵਾਂ ਦੀ ਸੈਕਿੰਡ ਮੈਰਿਜ ਹੈਗੀ ਕੋਈ ਇਸ਼ੂ ਹੈਗਾ ਤੁਹਾਡੇ ਕੋਲ ਪਹਿਲਾਂ ਨਹੀਂ ਨਹੀਂ ਕੋਈ ਪਹਿਲਾਂ ਇਹਨਾਂ ਨੇ ਮਤਲਬ ਕਿ ਦਾਜ ਮੰਗਿਆ ਸੀ ਅਸੀਂ ਇਹਨਾਂ ਨੇ ਮੇਰੇ ਘਰ ਦੇ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਕੁੜੀ ਸੁਖੀ ਰੱਖੋ ਅਸੀਂ ਦਾਜ ਦੇਵਾਂਗੇ ਪਰ ਇਹਨਾਂ ਵੱਲੋਂ ਕੋਈ ਰਿਸਪੌਂਸ ਨਹੀਂ ਆਇਆ ਸਰ ਮੈਡਮ ਦੇਖਿਆ ਜਾਵੇ ਇਹਦੇ ਖਿਲਾਫ ਤਾਂ ਸਰਕਾਰ ਵੀ ਤੁਸੀਂ ਕਿ 4 ਸਾਲ ਹੋ ਗਿਆ ਦੁਖੀ ਹੰਗੀ ਆ 4 ਸਾਲ ਹੋ ਗਿਆ ਅੱਜ 5ਵਾਂ ਸਾਲ ਲੱਗ ਪਿਆ ਬੇਟੀ ਹੋਈ ਮੇਰੀ 3 ਸਾਲਾਂ ਬਾਅਦ ਪਹਿਲਾਂ ਤਾਂ ਕਹਿੰਦੇ ਸੀ ਬੱਚਾ ਨਹੀਂ ਹੁੰਦਾ ਮੈਨੂੰ ਕਹਿੰਦੇ ਸੀ ਮਤਲਬ ਕਿ ਮੈਨੂੰ ਘਰੋਂ ਕੱਢ ਦੇਣਾ ਮੈਂ ਬੱਚੇ ਦੀ 3rd ਮੈਰਿਜ ਕਰਨੀ ਆ ਮੈਡਮ ਇੱਕ ਛੋਟਾ ਸਵਾਲ ਲਊਂਗਾ ਹਾਂਜੀ ਹਾਂਜੀ ਜਿੱਦਾਂ ਤੁਸੀਂ ਕਹਿ ਰਹੇ ਹੋ ਤੁਹਾਡੇ ਮਦਰ ਵੱਲੋਂ ਕਿਹਾ ਗਿਆ ਕਿ ਸ਼ਾਦੀ ਤੋਂ ਬਾਅਦ ਤੁਹਾਨੂੰ ਦਹੇਜ ਦਿੱਤਾ ਜਾਊਗਾ ਹਾਂਜੀ ਤੁਸੀਂ ਕਹਿਣਾ ਹੀ ਨਹੀਂ ਗੱਲ ਹੈ ਪਰ ਜਿਹੜੀ ਸਰਕਾਰ ਹੈ ਸਰਕਾਰ ਤਾਂ ਕਹਿੰਦੀ ਦਹੇਜ ਦੇ ਖਿਲਾਫ ਹੈ ਨਾ ਨਾ ਇਹ ਮੰਗਦੇ ਸੀ ਉਹਨਾਂ ਖਿਲਾਫ ਤੇ ਹੈਗੀ ਆ ਪਰ ਅੱਜ ਵੀ ਤੁਸੀਂ ਦੇਖੋ ਬੇਟੀਆਂ ਦੀ ਸੁਣਵਾਈ ਕਿੱਥੇ ਗਈ ਹੈ ਮੈਨੂੰ ਦੱਸੋ ਸਰਕਾਰ ਕਹਿੰਦੀ ਹੈ ਨਾ ਇਹ ਸਰਕਾਰ ਨੂੰ ਮੰਨਦੇ ਇਹ ਤੇ ਕਹਿੰਦੇ ਦਾਜ ਤੁਸੀਂ ਲੈ ਕੇ ਆਓ ਤੇ ਅਸੀਂ ਫੇਰ ਵਸਾਣੀ ਹੈ ਜੇ ਤੇ ਨਹੀਂ ਵਸਾਣੀ ਨਹੀਂ ਨਹੀਂ ਇੱਕ ਇਸ ਤਰ੍ਹਾਂ ਹੈਗਾ ਇੱਕ ਦਹੇਜ ਦਾ ਇੱਕ ਐਸਾ ਜਿਹੜਾ ਹੈਗੀ ਗੱਲ ਹੈਗੀ ਆ ਹਰ ਲੇਡੀ ਜਿਹੜੀ ਇਸ ਚੀਜ਼ ਨੂੰ ਆੜ ਲੈ ਲੈਂਦੀ ਕਿ ਮੈਨੂੰ ਦਹੇਜ ਦਾ ਮੇਰੇ ਤੇ ਆਰੋਪ ਲਗਾਇਆ ਗਿਆ ਦਹੇਜ ਮੰਗਿਆ ਗਿਆ ਨਹੀਂ ਸਰ ਮੈਂ ਇਹਦੇ ਕੋਈ ਪ੍ਰੂਫ ਤਾਂ ਹੋਣਗੇ ਸਰ ਮੇਰੀ ਸਿੰਪਲ ਮੈਰਿਜ ਹੋਈ ਹੈ ਇਹ ਲਾਲਚੀ ਹੈਗੇ ਸੀ ਇਹ ਕਹਿੰਦੇ ਸੀ ਕਿ ਅਗਰ ਸੈਕਿੰਡ ਮੈਰਿਜ ਹੋਈ ਹੈ ਤੇ ਇਹਨਾਂ ਦੇ ਮਤਲਬ ਕਿ ਧੁੰਨ ਧਮੱਕੇ ਨਾ ਕਰਨਗੇ ਪਰ ਉਹਨਾਂ ਨੇ ਨਹੀਂ ਕੀਤੀ ਇਹਨਾਂ ਨੇ ਮੇਰੇ ਘਰਦਿਆਂ ਨੇ ਪਹਿਲਾਂ ਹੀ ਗੱਲ ਖੋਲੀ ਸੀ ਕਿ ਅਸੀਂ ਇਹਨਾਂ ਮਤਲਬ ਕਿ ਸਾਨੂੰ ਕਰ ਕੁਰ ਸਕਦੇ ਨਾ ਅਸੀਂ ਦੇ ਸਕਦੇ ਪਰ ਇਹਨਾਂ ਨੇ ਕਿਹਾ ਕਿ ਨਹੀਂ ਹਰ ਪੁਆਇੰਟ ਤੇ ਪੁਆਇੰਟ ਮੈਨੂੰ ਤੰਗ ਕਰਦੇ ਰਹੇ ਕਦੀ ਬੈੱਡ ਲੈ ਕੇ ਆ ਕਦੀ ਫ੍ਰਿਜ ਲੈ ਕੇ ਆ ਕਦੀ ਅਲਮਾਰੀ ਲੈ ਕੇ ਆ
ਮੇਰੇ ਘਰ ਦੇ ਕਿੱਥੋਂ ਦੇਣ ਦੱਸੋ ਮੈਡਮ ਤੁਹਾਡੇ ਕੋਲ ਗਿਆ ਤੇ ਰਹਿੰਦਾ ਉਹ ਤੰਗ ਪਰੇਸ਼ਾਨ ਕਰਦਾ ਰਹਿੰਦੇ ਤੇ ਮੈਨੂੰ ਸਰ 1.5 ਸਾਲ ਤੋਂ ਉੱਪਰ ਹੋ ਗਿਆ 1.5 ਸਾਲ ਤੇ ਰਹਿੰਦੇ ਰਹਿੰਦੇ ਹਾਂਜੀ ਹਾਂਜੀ ਸਰ ਮੈਡਮ ਤੁਹਾਡੇ ਨਾਲ ਕੁੱਟਮਾਰ ਅੱਜ ਖਰਚੇ ਕੌਣ ਦਿੰਦਾ ਕੁੱਟਮਾਰ ਮੈਨੂੰ ਅੱਗੇ ਵੀ ਹੁੰਦੀ ਹੈ ਘਰ ਬੁਲਾਉਂਦੇ ਆ ਮੈਨੂੰ ਮਾਰਦੇ ਕਿੰਨਾ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਤੁਹਾਡੇ ਹਸਬੰਡ ਜਿਹੜੇ ਕੰਮ ਕੀ ਕਰਦੇ ਨੇ ਤੇ ਸਰ ਵੇਰਕੇ ਵਿੱਚ ਹੈਗੇ ਆ ਵੇਰਕੇ 'ਚ ਹੈਗੇ ਆ ਹਿਤੇਸ਼ ਕੌਸ਼ਲ ਨਾਂ ਹੈ ਉਹਨਾਂ ਨੂੰ ਫਾਦਰ ਸਾਹਿਬ ਦੀ ਨੌਕਰੀ ਮਿਲੀ ਹੈ ਸਰਕਾਰੀ ਅੱਛਾ ਜੀ ਉਹਨਾਂ ਮੇਰੀ ਮਦਰ ਇਸ ਕਰਕੇ ਕਹਿੰਦੇ ਆ ਕਿ ਉਹਨਾਂ ਨੂੰ ਸਰਕਾਰੀ ਨੌਕਰੀ ਮਿਲੀ ਮੈਨੂੰ ਕਿਤੇ ਹੋਰ ਵਿਆਹ ਲਾਂਗੀ ਮੇਰੇ ਵਾਸਤੇ ਤੇ ਲਾਟਰੀ ਹੈ ਮੈਡਮ ਅੱਜ ਤੁਹਾਡੇ ਨਾਲ ਕੁੱਟਮਾਰ ਕਿੱਥੇ ਹੋਈ ਹੈ ਸਰ ਅੱਜ ਮੈਨੇ ਇਹਨਾਂ ਨੇ ਕੁੜਤਾ ਫਾੜਿਆ ਮੇਰਾ ਮੇਰੇ ਵਾਲ ਦੇਖੋ ਤੁਸੀਂ ਮੇਰੇ ਆ ਦੇਖੋ ਨੇਲਾਂ ਦੇ ਨਿਸ਼ਾਨ ਮੇਰੇ ਅੱਤੇ ਅੰਜ ਮਤ ਕੇ ਇਸੇ ਮੈਂ ਤਾਂ ਦਿਖਾ ਨਹੀਂ ਸਕਦੀ ਮੈਡਮ ਕਿੰਨਾ ਵੱਲੋਂ ਕੁੱਟਮਾਰ ਕੀਤੀ ਗਈ ਤੁਹਾਡੇ ਸੱਟਾ ਲਾਈਆਂ ਮੈਂ ਕੱਪੜੇ ਨਹੀਂ ਲਾ ਸਕਦੀ ਕਿੰਨਾ ਵੱਲੋਂ ਕੁੱਟਮਾਰ ਕੀਤੀ ਗਈ ਤੁਹਾਡੇ ਨਾਲ ਹਸਬੰਡ ਨੇ ਉਹਨਾਂ ਨੂੰ ਮਤ ਕੇ ਉਹਨਾਂ ਦੀ ਮਦਰ ਨੇ ਹਸਬੰਡ ਦੇ ਮਦਰ ਨੇ ਤੇ ਹਸਬੰਡ ਨੇ ਉਹਨਾਂ ਨੂੰ ਪੈਸੇ ਦਿੱਤੇ ਹੈ ਕਿ ਇਹਨਾਂ ਨੂੰ ਕੁੱਟਮਾਰ ਕੇ ਆਣਾ ਹੈ ਪਹਿਲਾਂ ਤੇ ਇਹਨਾਂ ਨੇ ਡਾਕੂਮੈਂਟ ਕਿਹਾ ਅਦਰ ਮੈਂ ਕਿੰਨਾ ਵੱਲੋਂ ਦਿੱਤੇ ਗਏ ਜੀ ਮੇਰੀ ਸੁਨੀਤਾ ਕੌਸ਼ਲ ਮੇਰੀ ਸੱਸ ਵੱਲੋਂ ਪੈਸੇ ਚੜਾਏ ਗਏ ਆ ਕਿ ਇਹਨੂੰ ਕੁੱਟਮਾਰ ਕਰੋ ਪੈਸੇ ਕਿਹਨੂੰ ਚੜਾਏ ਗਏ ਸੁਨੀਤਾ ਕੌਸ਼ਲ ਨੇ ਨਹੀਂ ਨਹੀਂ ਪੈਸੇ ਕਿਹਨੂੰ ਚੜਾਏ ਜਿੱਦਾਂ ਤੁਸੀਂ ਕਹਿੰਦੇ ਸੋਸ਼ਲ ਵਰਕਰ ਵਾਲੀ ਮੈਡਮ ਅੱਛਾ ਹਾਂਜੀ ਲੱਗ ਰਹਿੰਦੇ ਹੋ ਤੇ ਲੱਗ ਰਹਿੰਦੇ ਹੋ ਉੱਥੇ ਤੇ ਪੈਸੇ ਕੌਣ ਦਿੰਦੇ ਆ ਹਸਬੰਡ ਤੁਹਾਡੇ ਨਾਲ ਰਹਿੰਦੇ ਨਹੀਂ ਰਹਿੰਦੇ ਸਰ ਨਹੀਂ ਤੁਸੀਂ ਮਤਲਬ ਤੁਹਾਡਾ ਉਹ ਆਪਣੀ ਮਦਰ ਕੋ ਰਹਿੰਦੇ 8 ਮਹੀਨੇ ਹੋ ਗਏ ਆਪਣੀ ਮਦਰ ਕੋ ਗਏ ਮੈਂ ਇਕੱਲੇ ਸਰ ਹਾਂਜੀ ਤੁਹਾਨੂੰ 1.5 ਸਾਲ ਰੈਂਟ ਹੋ ਗਿਆ ਹਾਂਜੀ 1.5 ਸਾਲ ਰੈਂਟ ਮੈਡਮ ਜਿੱਦਾਂ ਤੁਸੀਂ ਕੌਣ ਦਿੰਦਾ ਖਰਚਾ ਕਿਸ ਤਰ੍ਹਾਂ ਜਾਂਦਾ ਮੈਡਮ ਖਰਚਾ ਕੁਝ ਨਹੀਂ ਮੇਰੇ ਪੇਕੇ ਵਾਲੇ ਕਰਦੇ ਆ ਸਿਰਫ 3 ਮਹੀਨਿਆਂ ਤੋਂ 7000 ਰੁਪਇਆ ਦਿੰਦੇ ਪਏ ਆ 7000 ਚ ਤੁਸੀਂ ਦੇਖੋ ਮੈਂ ਕਿਸ ਤਰ੍ਹਾਂ ਗੁਜ਼ਾਰਾ ਕਰਾਂ ਮੈਡਮ ਜਿੱਦਾਂ ਤੁਸੀਂ 6000 ਰੁਪਇਆ ਮੇਰੀ ਨਨਾ ਤੇ ਦਿੰਦੀ ਪਈ ਆ ਤੁਸੀਂ ਦੇਖੋ ਡੱਬਿਆਂ ਦਾ ਉਹ ਕਹਿੰਦੀ ਆ ਕਿ ਮੈਂ ਬੰਦ ਕਰ ਦੇਣੇ ਆ ਇਹਨੇ ਤਾਂ ਮੈਨੂੰ ਇਹਨਾਂ ਨੇ ਤਾਂ ਮੈਨੂੰ ਮੰਗਤੀ ਬਣਾ ਛੱਡਿਆ ਮੈਡਮ ਜਿੱਦਾਂ ਤੁਸੀਂ ਦੱਸ ਜਿੱਦਾਂ ਹਸਬੰਡ ਕੋਈ ਪੈਸਾ ਨਹੀਂ ਦਿੰਦੇ ਮੈਨੂੰ 7000 ਦਿੰਦੇ ਬਸ 5000 ਕਿਰਾਇਆ ਮੈਡਮ ਇੱਕ ਛੋਟਾ ਜਿਹਾ ਸਵਾਲ ਲੈ ਲਓ 6000 ਰੁਪਇਆ ਕਹਿੰਦੇ ਤੁਸੀਂ ਦਰਸ਼ਨ ਤੱਕ ਮੈਡਮ ਛੋਟਾ ਜਿਹਾ ਸਵਾਲ ਲੈ ਲਓ ਇਹਨਾਂ ਕਿਉਂ ਨਹੀਂ ਰਹਿਣਾ ਚਾਹੁੰਦੇ ਸਾਡੇ ਨਾਲ ਕਿਉਂ ਨਹੀਂ ਰਹਿਣਾ ਚਾਹੁੰਦੇ ਉਹ ਕਹਿੰਦੇ ਕਿ ਮੈਂ ਨਹੀਂ ਰਹਿਣਾ ਚਾਹੁੰਦਾ ਤੂੰ ਵੀ ਜੰਮੀ ਹੈ ਮੈਡਮ ਇਸੇ ਕਰਕੇ ਕਹਿ ਰਹੇ ਹੋ ਭਰਾਵਾ ਹਾਂਜੀ ਕਹਿੰਦੇ ਮੁੰਡਾ ਜੰਮਣਾ ਸੀ ਮੈਂ ਫੇਰ ਮੈਡਮ ਇੱਕ ਛੋਟਾ ਜਿਹਾ ਸਵਾਲ ਲੈ ਲਓ ਜਿੱਦਾਂ ਤੁਸੀਂ ਦੱਸ ਰਹੇ ਹੋ ਤੁਹਾਡੇ ਹਸਬੰਡ ਨੂੰ 3 ਮਹੀਨੇ ਹੋ ਗਏ ਰਹਿੰਦੇ ਵੱਖਰੇ ਨਾ ਤੇ ਜਿੱਦਾਂ ਤੁਸੀਂ ਦੱਸ ਰਹੇ ਹੋ 8 ਮਹੀਨੇ ਹੋ ਗਏ ਤੁਹਾਨੂੰ ਅਲੱਗ ਰਹਿੰਦੇ ਹੋਏ ਤਾਂ ਤੁਹਾਡੀ ਬੇਟੀ ਜਿੱਦਾਂ ਤੁਸੀਂ ਦੱਸ ਰਹੇ ਹੋ 9 ਮਹੀਨੇ ਹੋ ਗਏ ਕੀ ਕੋਈ ਕਾਰਨ ਇਹੀ ਵੀ ਜਿਹੜਾ ਤੁਹਾਡੇ ਘਰ ਲੜਕੀ ਹੋਈ ਤਾਂ ਕਰਕੇ ਵੱਖਰੇ ਰਹਿੰਦੇ ਹਾਂਜੀ ਪਹਿਲਾਂ ਵੀ ਇਹ ਭੱਜ ਗਏ ਸੀ ਪਹਿਲਾਂ ਮੇਰੇ ਨਾਲ ਰਹਿੰਦੇ ਸੀ ਫਿਰ ਸਾਡਾ ਰਾਜੀਨਾਮਾ ਹੋਇਆ ਥਾਣੇ ਵਿੱਚ ਉਹਨਾਂ ਨੇ ਕਿਹਾ ਮੈਂ ਇਹਨੇ ਨਾਲ ਰਵਾਂਗਾ ਵਾਈਫ ਦੇ ਨਾਲ ਇਹ ਕਦੋਂ ਰਾਜੀਨਾਮਾ ਹੋਇਆ ਸੀ ਇਹ 2022 ਚ ਅੱਛਾ ਜੀ ਹਾਂਜੀ 23 ਵਿੱਚ ਮੇਰੀ ਬੇਟੀ ਹੋਈ ਹੈ ਇਹ ਵੱਖਰੇ ਹੋ ਗਏ ਆ ਅੱਛਾ ਜੀ ਹਾਂਜੀ ਕੋਈ ਇਹਨਾਂ ਵੱਲੋਂ ਡਿਲੀਵਰੀ ਦਾ ਨਹੀਂ ਕੋਈ ਪੈਸਾ ਲੱਗਾ ਮੇਰੇ ਸਾਰੇ ਪੇਕਿਆਂ ਨੇ ਮਦਦ ਕੀਤੀ ਹੈ ਖਾਣ ਪੀਣ ਚੋਂ ਲੈ ਕੇ ਅੱਜ ਤੱਕ ਜੋ ਵੀ ਹੈ ਕੱਪੜਾ ਲੱਥਾ ਜੋ ਵੀ ਬੇਟੀ ਦਾ ਕੋਈ ਖਰਚਾ ਨਹੀਂ ਇਹਨਾਂ ਨੇ ਚੁੱਕਿਆ ਡਾਇਪਰਾਂ ਤੱਕ ਤੁਸੀਂ ਦੇਖੋ ਡਾਇਪਰ ਚੀਜ਼ ਕੀ ਹੁੰਦੇ ਆ ਸੁਣਵਾਈ ਕਰੋ ਮੈਂ ਇੰਨੀ ਦੁਖੀ ਹੈਗੀ ਆ ਕੋਈ ਹਿਸਾਬ ਨਹੀਂ ਅਜੇ ਬਾਹਰ ਆ ਸਰ ਬਾਹਰ ਆ ਜਾਓ ਸਰ ਮੜਾ ਗੱਲ ਕਰੋ ਇਹ ਲੇਡੀਜ਼ ਹੈਗੀ ਆ ਅੰਦਰ ਆਓ ਜੀ ਇਹਨਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਅੱਛਾ ਇਹਨਾਂ ਨੇ ਕੀਤੀ ਤੁਹਾਡੇ ਨਾਲ ਕੁੱਟਮਾਰ ਅੱਛਾ ਸੋਨੂੰ ਆਪਣੀ ਭੈਣ ਕਹਿੰਦੀ ਹੈ ਅੰਦਰ ਆਓ ਬਾਹਰ ਆਓ ਤੁਸੀਂ ਸਰ ਤੁਹਾਨੂੰ ਸਰ ਤੁਹਾਨੂੰ ਕੋਈ ਨਾ ਕੋਈ ਕੰਪਲੇਂਟ ਆਈ ਹੈ ਥਾਣੇ ਦੇ ਵਿੱਚ ਮੈਡਮ ਇਹ ਤੁਹਾਡੇ ਤੇ ਐਲੀਗੇਸ਼ਨ ਲਗਾ ਰਹੇ ਵੀ ਕੁੱਟਮਾਰ ਕੀਤੀ ਹੈ ਤੁਸੀਂ ਬਾਹਰ ਆਓ ਮੈਂ ਕੰਪਲੇਂਟ ਕਰਨਾ ਖੜਾ ਦਿੱਤੀ ਤੁਹਾਡੇ ਆਲਰੇਡੀ ਇੱਥੇ 7:50 ਦਾ ਪਰਸ ਮੈਡਮ ਬਾਹਰ ਆ ਜਾਓ ਮੈਡਮ ਬਾਹਰ ਆ ਜਾਓ ਬਾਹਰ ਆ ਜਾਓ ਬੈਠੇ ਨਹੀਂ ਆਏ ਮੈਡਮ ਸਵਾਲ ਇਹੀ ਲੜਕੀ ਸੀ ਮੈਡਮ ਅੱਛਾ ਜੀ ਅੱਛਾ ਸੋਨੂੰ ਕਹਿੰਦੀ ਮੇਰਾ ਭਰਾ ਹੈਗਾ ਅੱਛਾ ਸਾਨੂੰ ਬੁਲਾਓ ਕਿਹੜਾ ਭਰਾ ਹੈਗਾ ਜਿਹੜੇ ਆਣ ਕੇ ਕਿਸੇ ਦੇ ਕੱਪੜੇ ਸਾਰੇ ਮੇਰੇ ਮੇਰੇ ਬਾਹਰ ਦੇਖੋ ਮੇਰੇ ਨੇਲ ਦੇਖੋ ਮੇਰੀ ਅੰਦਰੂਨੀਆਂ ਸੱਟਾਂ ਇਹਨਾਂ ਨੇ ਕੁੱਟਮਾਰ ਕੀਤੀ ਤੁਹਾਡੇ ਨਾਲ ਕੁੱਟਮਾਰ ਕੀਤੀ ਤੁਹਾਡੇ ਨਾਲ ਕਿਉਂ ਕੁੱਟਮਾਰ ਕੀਤੀ ਕਿਉਂ ਕੁੱਟਮਾਰ ਕੀਤੀ ਤੁਹਾਡੇ ਇਹਨਾਂ ਨੂੰ ਪੈਸੇ ਚੜਾਏ ਗਏ ਮੇਰੀ ਸੱਸ ਵੱਲੋਂ ਸੁਨੀਤਾ ਕੌਸ਼ਲ ਵੱਲੋਂ ਅੱਛਾ ਜੀ ਇਲਜ਼ਾਮ ਲੱਗ ਰਹੇ ਨੇ ਜਿਹੜੇ ਮੈਡਮ ਜੀ ਇਹ ਸਾਡੇ ਤੇ ਜਿਹੜਾ ਆਰੋਪ ਲੱਗ ਰਿਹਾ ਕਿ ਇਹਨਾਂ ਨੇ ਮਾਰਕੁੱਟ ਕੀਤੀ ਘਰ ਵੜ ਕੇ ਜਿਹੜਾ ਕਿ ਉਹਨਾਂ ਦਾ ਝੂਠਾ ਨਹੀਂ ਉਹਨਾਂ ਵੱਲੋਂ ਨਹੀਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਤੁਹਾਨੂੰ ਪੈਸੇ ਦਿੱਤੇ ਗਏ ਸਾਨੂੰ ਕੁੱਟਣ ਵਾਸਤੇ ਜੀ ਸਾਡੇ ਕੋਲ ਵੀ ਪ੍ਰੂਫ ਆ ਵੀਡੀਓ ਸਾਡੇ ਉਹ ਕਹਿੰਦੇ ਤੁਹਾਨੂੰ ਪੈਸੇ ਦਿੱਤੇ ਗਏ ਕੁੱਟਣ ਵਾਸਤੇ ਇਹ ਚੀਜ਼ ਨਹੀਂ ਇਹਨਾਂ ਦਾ ਮੰਨਣਾ ਸਾਰਾ ਸੀ ਨਾਲ ਚੰਗੀ ਮੈਡਮ ਸੀ ਸਾਰਾ ਕੋਈ ਮੈਡਮ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ 8 ਮਹੀਨੇ ਦੀ ਬੱਚੀ ਨੂੰ ਵੀ ਤੁਸੀਂ ਥੱਲੇ ਸੁੱਟਿਆ ਬੈੱਡ ਤੋਂ ਇਹਨਾਂ ਵੱਲੋਂ ਐਲੀਗੇਸ਼ਨ ਲਗਾਇਆ ਜਾ ਰਿਹਾ ਸਾਡੇ ਕੋਲ ਕਹਿੰਦੇ
ਚੰਨੀ ਮੈਡਮ ਸੁਣੋ, ਤੁਸੀਂ ਇਹਦੇ ਘਰ ਗਏ ਸੀ, ਤੁਹਾਡੇ ਘਰ ਆਏ ਸੀ? ਨਹੀਂ ਜੀ ਨਹੀਂ, ਇਹਦੇ ਹਸਬੈਂਡ ਨਾਲ ਸੀ। ਤੁਸੀਂ ਇਹਦੇ ਘਰ ਗਏ ਸੀ? ਹਾਂਜੀ, ਕਿਉਂਕਿ ਇਹਨਾਂ ਦੇ ਇੱਕ ਦਿਨ ਪਹਿਲਾਂ ਮੈਂ ਪਰਚਾ ਕਰਵਾ ਕੇ ਗਈ। ਕਿਉਂ ਪਰਚਾ ਕੀਤੀ? ਤੁਹਾਡੀ ਕੀ ਲੜਾਈ ਕੀ ਇਹਨਾਂ ਨਾਲ? ਮੇਰੀ ਲੜਾਈ ਨਹੀਂ ਹੈਗੀ, ਇਹਨਾਂ ਦੀ ਸੱਸ ਮੇਰੀ ਮਦਰ ਬਣੀ ਹੋਈ ਹੈ। ਸੱਸ ਮਦਰ ਬਣੀ? ਨਹੀਂ, ਤੁਸੀਂ ਜਾ ਕੇ ਕੁੱਟਿਆ ਸੀ ਇਹਦੇ ਘਰ ਜਾ ਕੇ? ਹਾਂਜੀ, ਨਾ ਜੀ ਨਾ, ਕੋਈ ਗੱਲ ਬਾਤ ਇਹਨਾਂ ਵੱਲੋਂ ਕਹਿ ਰਹੇ ਕਿ ਇਹਨਾਂ ਦੀ ਸਾਸੀ ਨੂੰ ਪੈਸੇ ਦਿੱਤੇ ਗਏ। ਉਹ ਕਹਿ ਰਿਹਾ ਕਿ ਮੁਲਾਜ਼ਮਾਂ ਨੂੰ ਤੁਸੀਂ ਸ਼ਰਾਬ ਦਿੰਦੇ ਰਹੇ, ਪੈਸੇ ਦਿੰਦੇ ਰਹੇ, ਪੇਟੀਆਂ ਦਿੰਦੇ ਰਹੇ, ਆਰੋਪ ਲਾ ਰਹੇ। ਕਹਿੰਦੇ ਤੁਸੀਂ ਘਰ ਆ ਕੇ ਆਓ ਮੈਡਮ, ਇੱਧਰ ਆਓ ਮੈਡਮ, ਇੱਧਰ ਆਓ ਜੀ, ਚੋਰ ਤੁਹਾਡੇ ਸਾਹਮਣੇ। ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ 10,000 ਰੁਪਇਆ ਮੇਰਾ ਇਹਨੇ ਚੱਕਿਆ ਮੁਲਾਜ਼ਮ, ਕਿਹਾ ਜੀ 10,000 ਅੱਜ ਤੁਸੀਂ ਧੱਕੇ ਮਾਰਦੇ ਪਏ ਹੋ, ਤੁਹਾਡੇ ਥਾਣੇ ਦੀ ਇੰਨਾ ਪੁਲਿਸ ਖਰਾਬ ਹੋ ਗਈ ਹੈ। ਥਾਣੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਬਹੁਤ ਤਕੜਾ ਹੰਗਾਮਾ, ਸੋਸ਼ਲ ਵਰਕਰ ਦੇ ਉੱਤੇ ਜਿਹੜੇ ਕਿ ਇਲਜ਼ਾਮ ਲੱਗ ਰਹੇ ਨੇ। ਬਾਹਰ ਆਇਓ, ਬਾਹਰ ਆਇਓ, ਪ੍ਰਧਾਨ ਜੀ ਬਾਹਰ ਆਇਓ। ਮੈਡਮ ਇੱਧਰ ਫੇਸ ਕਰੋ ਮੈਡਮ, ਮੈਡਮ ਫੇਸ ਇੱਧਰ ਕਰ ਲੋ ਮੈਡਮ, ਮੈਡਮ ਤੁਸੀਂ ਰੋਪ ਲਾ ਰਹੇ, ਤੁਹਾਡੇ ਕੋਲ ਪ੍ਰੂਫ ਹੈਗੇ? ਨਹੀਂ ਜੀ, ਮੈਡਮ ਤੁਹਾਡੇ ਕੋਲ ਪ੍ਰੂਫ ਹੈਗੇ ਜਿਹੜੇ ਲੋਕੇਸ਼ਨ ਲਾ ਰਹੇ? ਰੋਪ ਲਾ ਰਹੇ, ਮੈਡਮ ਬਾਹਰ ਆਇਓ, ਮੈਡਮ ਬਾਹਰ ਆਇਓ, ਬਾਹਰ।